ਲੁਧਿਆਣਾ ਦੇ ਦੁੱਗਰੀ ਅਰਬਨ ਵਿਹਾਰ ਦੇ ਰਹਿਣ ਵਾਲੇ ਲੋਕ ਕੁੱਤਿਆਂ ਦੇ ਆਤੰਕ ਤੋਂ ਬੇਹੱਦ ਪਰੇਸ਼ਾਨ ਨੇ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਜਤਾਇਆ ਗਿਆ। ਤਾਂ ਉੱਥੇ ਮੌਕੇ ਤੇ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪੀੜਤ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਸ਼ਵਾਸਨ ਅਤੇ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਟਰੀਟ ਡੌਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਨਾਲ ਕਾਫੀ ਪਰਿਵਾਰ ਇਹਨਾਂ ਕੁੱਤਿਆਂ ਦਾ ਸ਼ਿਕਾਰ ਵੀ ਹੋਏ ਨੇ। ਉਹਨਾਂ ਕਿਹਾ ਸਰਕਾਰੀ ਅਤੇ NGO ਵੱਲੋਂ ਇਸ ਸੰਬੰਧ ਦੇਖ ਰੇਖ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਦੱਸ ਦਿੱਤਾ ਗਿਆ। ਆਓ ਸੁਣਦੇ ਹਾਂ ਬਾਕੀ ਲੋਕਾਂ ਦਾ ਕੀ ਹੈ ਕਹਿਣਾ। ਮੇਰੀ ਛੋਟੀ ਭੈਣ ਨੂੰ ਜਿਹੜੀ ਹੈ ਘਟਨਾ ਹੋਈ ਹੈ, ਕੁੱਤੇ ਨੇ ਵੱਢਿਆ, ਤਾਂ ਮੈਨੂੰ ਜਦੋਂ ਜਾਣਕਾਰੀ ਮਿਲੀ, ਮੈਂ ਪ੍ਰੋਗਰਾਮਾਂ ਰਜੇਵਿਆਂ 'ਚ ਵਿਹਲਾ ਹੋ ਕੇ ਇਹਨਾਂ ਦਾ ਅੱਜ ਪਤਾ ਵੀ ਲੈਣਾ ਆ ਅਤੇ ਆਪਣੇ ਪਰਿਵਾਰ ਨੇ ਇਹਨਾਂ ਨਾਲ ਦੁੱਖ ਸੁੱਖ ਵੀ ਸਾਂਝਾ ਕਰਾਂਗੇ। ਅਤੇ ਜਿਹੜੀ ਕੁੱਤਿਆਂ ਦੀ ਜਿਹੜੀ ਸਮੱਸਿਆ, ਇਹ ਕੋਈ ਹਲਕੇ ਆਤਮਨਗਰ ਦੀ ਨਹੀਂ, ਲੁਧਿਆਣੇ ਦੀ ਨਹੀਂ, ਪੂਰੇ ਪੰਜਾਬ ਦੀ ਦਿੱਕਤ ਹੈ। ਅਤੇ ਇੱਕ ਕੁਛ NGO ਦੇ ਵਿੱਚ ਪੰਗੇ ਨੇ ਵੀ ਇਹਨਾਂ ਨੂੰ ਕਿਤੇ ਲਿਜਾ ਨਹੀਂ ਸਕਦੇ। ਦਿੱਲੀ ਦੀ ਵੀ ਇੱਕ ਲੇਡੀ ਹੈ ਜਿਹੜੀ, ਉਹ ਵੀ ਤੁਹਾਨੂੰ ਪਤਾ ਵੀ ਉਹਨਾਂ ਨੇ ਕੋਈ ਕਾਨੂੰਨ ਬਣਾਇਆ ਹੈ, ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਰੂਲਿੰਗ ਦੱਸਦੇ ਨੇ ਉਹ। ਉਹਦੇ ਕਰਕੇ ਵੀ ਕੁੱਤੇ ਜਿੰਨੇ ਵੀ ਨੇ ਸਟਰਲਾਈਜ਼ ਕਰਕੇ, ਜਿਹੜੀ ਕਾਰਪੋਰੇਸ਼ਨ ਦੀ ਡਿਊਟੀ ਹੈ, ਉਹ ਉਹਨਾਂ ਨੂੰ ਜਿੱਥੋਂ ਲੈ ਕੇ ਜਾਂਦੇ ਉੱਥੇ ਹੀ ਛੱਡ ਕੇ ਜਾਂਦੇ ਨੇ। ਅਤੇ ਇਹ ਕੁੱਤੇ ਨੂੰ ਵੀ ਅਸੀਂ ਹੁਣ ਪਤਾ ਕਰਦੇ ਹਾਂ ਵੀ ਟੀਮਾਂ ਮੈਂ ਬੁਲਾਈਆਂ, ਇਹਨੂੰ ਪਕੜਾ ਕੇ ਜੇ ਦਾਖਲ ਕਰਨ ਵਾਲਾ ਹੈ ਦਾਖਲ ਕਰਾਂਗੇ, ਜਾਂ ਸਟਰਲਾਈਜ਼ ਕਰਕੇ ਉਹਨੂੰ ਸਹੀ ਢੰਗ ਨਾਲ ਜਿਹੜੀ ਵੀ ਜਗ੍ਹਾ 'ਤੇ ਰੱਖਾਂਗੇ, ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵੀ ਲਈ ਮੈਂ ਮਨ 'ਚ ਦੁੱਖ ਵੀ ਮਹਿਸੂਸ ਕਰਦਾ, ਕਿਉਂਕਿ ਸਾਡੀ ਛੋਟੀ ਭੈਣ ਹੈ। ਅਤੇ ਜਿਹੜੇ ਵੀ ਕਿਸੇ ਨਾਲ ਇਹੋ ਜਿਹੀ ਦੁਰਘਟਨਾ ਹੁੰਦੀ ਹੈ, ਤਾਂ ਜਿਹੜੇ ਸਾਡਾ ਸਿਵਲ ਹੋਸਪਿਟਲ ਹੈ ਉਹਦੇ ਫਰੀ ਆਫ ਕੋਸਟ ਜਿਹੜਾ ਜਿਹੜੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ। ਅਤੇ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਕੁੱਤੇ ਨੇ ਇਹਨਾਂ ਨੂੰ ਤੁਸੀਂ ਬਾਹਰ ਪੁਣਦਾਨ ਕਰਨਾ ਮਾੜੀ ਗੱਲ ਨਹੀਂ, ਜਿਹੜੇ ਕੁੱਤਿਆਂ ਨੂੰ ਤੁਸੀਂ ਬਾਹਰ ਘਰਾਂ ਦੇ ਬਾਹਰ ਦੁੱਧ ਦੇ ਡੂਨੇ ਲਾ ਦਿੰਦੇ ਹੋ ਜਾਂ ਕੋਈ ਬ੍ਰੈਡ ਵਗੈਰਾ ਦੇ ਦਿੰਦੇ, ਉਹ ਚੀਜ਼ ਤੋਂ ਥੋੜ੍ਹਾ ਜਿਹਾ ਅਵੋਇਡ ਕੀਤਾ ਜਾਵੇ। ਪਰ ਕੁੱਤੇ ਨੂੰ ਇਹ ਨਹੀਂ ਵੀ ਭੁੱਖਾ ਵੀ ਨਹੀਂ ਰੱਖਣਾ, ਪਰ ਅਵੋਇਡ ਕੀਤਾ ਜਾਵੇ ਤਾਂ ਕਿ ਜਿਹੜੀ ਇਹਨਾਂ ਦੀ ਗਿਣਤੀ ਜਿਹੜੀ ਹੈ ਵੱਧ ਨਾ ਸਕੇ। ਤੁਹਾਡੇ ਜਿੰਨੇ ਮਹੱਲੇ ਕੁੱਤੇ ਨੇ, ਆਪਣਾ ਕਾਰਪੋਰੇਸ਼ਨ ਦਾ ਸਹਿਯੋਗ ਕਰਦੇ ਹੋਏ ਉਹਨਾਂ ਨੂੰ ਸਟਰਲਾਈਜ਼ ਕਰਾਈਏ ਤਾਂ ਕਿ ਉਹਨਾਂ ਦੀ ਗਿਣਤੀ ਨਾ ਵਧੇ। ਮਾਮਲਾ ਜੀ, ਸਟੇਟ ਬਾਈਟਸ ਦਾ ਮਾਮਲਾ ਚੱਲ ਰਿਹਾ ਫੋਰ ਲਾਸਟ 2 ਮੰਥਸ, 2 ਮਹੀਨੇ ਤੋਂ ਬਾਈਟਿੰਗ ਦਾ ਮਾਮਲਾ ਚੱਲ ਰਿਹਾ। ਐਜ਼ ਪਰ ਦੇਖੋ ਜੀ, 30 ਲੱਖ ਦੀ ਪਾਪੂਲੇਸ਼ਨ ਲੁਧਿਆਣੇ ਦੀ ਹੈ, ਔਰ ਪ੍ਰਸ਼ਾਸਨ ਪਿੱਲਰ ਟੂ ਪਿੱਲਰ ਮੈਂ ਗਿਆ, ਔਰ ਪ੍ਰਸ਼ਾਸਨ ਇੱਕ ਕੁੱਤੇ ਨੂੰ ਨਹੀਂ ਪਕੜ ਪਾਏ, 1 ਡੌਗ ਦੇ ਡਿਡ ਨੋਟ ਕੈਚ, ਐਵਰੀ ਪਿੱਲਰ ਟੂ ਪਿੱਲਰ, ਕਿਹੜੇ ਹਰਡਲਸ ਮੈਂ ਨਹੀਂ ਕੀਤੇ, ਸਾਰੇ ਹਰਡਲ 'ਤੇ ਗਿਆ ਵਾਂ। ਬਟ ਨਾਓ ਲਾਸਟ ਹਰਡਲ ਮਿਸਟਰ ਸਿੱਧੂ ਹੈਜ਼ ਕਮ, ਐਂਡ ਥੈਂਕਫੁਲ ਦੈਟ ਹੀ ਹੈਜ਼ ਕਮ, ਆ ਗਏ ਨੇ, ਔਰ ਇਹਨਾਂ ਨੇ ਸਮੱਸਿਆ ਦਾ ਸਮਾਧਾਨ ਕਰਨ ਦਾ ਸਾਨੂੰ ਯੋਜਨਾ ਦਿੱਤੀ ਹੈ ਕਿ ਇਨ ਅ ਵੈਰੀ 24 ਆਵਰਸ ਦੇ ਅੰਦਰ ਇਹਨਾਂ ਨੇ ਆਸ਼ਵਾਸਨ ਦੇ ਦਿੱਤਾ ਕਿ ਅਸੀਂ ਹਟਾ ਲਾਂਗੇ। ਦੇਖੋ ਜੀ, ਇੱਕ ਇੱਕ ਫੈਮਲੀ 50-50 ਹਜ਼ਾਰ ਰੁਪਇਆ ਬਾਈਟਿੰਗ ਹੋ ਗਿਆ, 500 ਗ੍ਰਾਮਸ ਔਫ ਫਲੈਸ਼ ਇੱਥੋਂ ਬਾਡੀ ਤੋਂ ਕੱਢਿਆ ਗਿਆ। ਮੇਡ ਸਰਵਿਸ ਨਹੀਂ ਆ ਰਹੀ ਇੱਥੇ ਕੰਮ ਕਰਨ ਨੂੰ, ਮੇਡ ਸਰਵਿਸ ਕਹਿੰਦੇ ਸਾਡੇ ਰੇਟ ਵਧਾਓ ਕੰਮ ਕਰਨ ਦੇ, ਬੱਚੇ ਸਕੂਲ ਨਹੀਂ ਜਾ ਪਾ ਰਹੇ, ਚਿਲਡਰਨਸ ਦੇ ਕੈਨੋਟ ਗੋ ਫਾਰ ਬਾਈਸਾਈਕਲਿੰਗ, ਈਵਨਿੰਗ ਵਾਕਸ ਨਹੀਂ ਜਾ ਰਹੇ, ਮੋਰਨਿੰਗ ਵਾਕਸ ਨਹੀਂ ਜਾ ਰਹੇ, ਸਾਰੀ ਪ੍ਰੋਸੈਸ ਇੱਥੇ ਇਸ ਲੇਨ ਦੀ ਡੰਪ ਹੋ ਚੁੱਕੀ ਹੈ। ਹਾਂਜੀ, ਆਫਕੋਰਸ ਡਰੈਕੁਲਾ ਹੋ ਗਏ ਕੁੱਤੇ, ਡਰੈਕੁਲਾ ਦੇ ਵਾਂਟ ਬਲੱਡ, ਦੇ ਵਾਂਟ ਬਲੱਡ, ਦੇ ਹੈਵ ਬਿਕਮ ਡਰੈਕੁਲਾ, ਕਹਿਤੇ ਨਾ ਕਹਾਵਤ ਸੀ ਬਹੁਤ ਪਹਿਲੇ, ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ, ਸ਼ੇਰ ਨਹੀਂ ਹੈ, ਕੁੱਤਾ ਆਇਆ ਕੁੱਤਾ ਆਇਆ, ਔਰ ਕੁੱਤਾ ਹੀ ਘਾਟ ਰਿਹਾ ਸਭ ਕੋ, ਯਹਾਂ ਜਿਤਨੇ ਬੈਠੇ ਹੈ ਐਵਰੀਬਡੀ ਸੈਂਪਲ, ਸਭ ਲੋਕ ਸਫਰਡ ਆਏ। ਸ਼ੈਲੀ ਜਿੰਦਲ ਜੀ, ਇਸ ਤਰੀਕੇ ਦੇ ਨਾਲ ਇਲਾਕੇ 'ਚ ਕੁੱਤੇ ਦੀ ਜਿਹੜੀ ਹੈ, ਹਾਂਜੀ ਹਾਂਜੀ, ਦਹਿਸ਼ਤ ਬਹੁਤ ਜ਼ਿਆਦਾ ਫੈਲੀ ਹੋਈ ਹੈ ਅਤੇ ਕੁੱਤੇ ਕਾਰਨ, ਅਤੇ ਕੁੱਤੇ ਤੋਂ ਮੈਨੂੰ ਇਹ ਸੀਗੀ ਕਿ ਮੈਂ ਨਾ ਰਾਤ ਨੂੰ 8 ਵਜੇ ਜਾ ਰਹੀ ਸੀਗੀ, ਰਾਤੀ ਇੱਕਦਮ ਉਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ, ਲੇਕਿਨ ਬਾਈਟ ਤਾਂ ਮੈਂ ਬਚ ਗਈ, ਲੇਕਿਨ ਮੈਨੂੰ ਗਿਰਾ ਤਾ ਉਹਨੇ ਬਹੁਤ ਬੁਰੀ ਤਰ੍ਹਾਂ, ਅਤੇ 2 ਮਹੀਨਿਆਂ ਤੋਂ ਮੈਂ ਮਤਲਬ ਰੈਸਟ 'ਤੇ ਵੀ ਰਹੀ ਹਾਂ, ਦਸੰਬਰ ਦੀ ਗੱਲ ਹੈ, ਹੁਣ ਤੱਕ ਮੈਨੂੰ ਕੋਈ ਆਰਾਮ ਨਹੀਂ ਮਿਲਿਆ ਹੈਗਾ, ਹਾਲੇ ਵੀ ਮੇਰੀ ਮੈਡੀਸਿਨਸ ਚੱਲ ਰਹੀਆਂ ਨੇ ਲਗਾਤਾਰ, ਅਤੇ ਹਾਂਜੀ MLA ਸਾਹਿਬ ਆਏ ਨੇ, ਇਹਨਾਂ ਨੂੰ ਅਸੀਂ ਇਹੀ ਦੁਰਗਾਸ਼ ਕਰਾਂਗੇ ਕਿ ਹਾਂ ਸਾਡੀ ਇਹ ਸੁਣਵਾਈ ਸੁਣੀ ਜਾਵੇ ਅਤੇ ਸਾਨੂੰ ਇਹ ਡੋਗੀਆਂ ਤੋਂ ਵੀ ਰਾਹਤ ਮਿਲੇ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ, ਇਲਾਕਾ ਦੁਗਰੀ ਫੇਸ 1 ਅਰਬਨ ਵਿਹਾਰ ਜੀ,
ਅਤੇ ਇਹਦੇ ਮੈਨੂੰ ਕੱਲ੍ਹ ਹੀ ਨੌਲੇਜ ਵਿੱਚ ਆਇਆ ਜੀ, ਇੱਥੇ ਕਾਫੀ ਇੱਕ ਡੋਗਸ ਨੇ, ਉਹਨਾਂ ਵਿੱਚ ਇੱਕ ਡੋਗ ਇਹੋ ਜਿਹਾ ਜਿਹੜਾ ਹਲਕਾ ਹੋਇਆ ਉਹ ਕਾਫੀ ਲੋਕਾਂ ਨੂੰ ਕੱਟ ਰਿਹਾ ਜੀ, ਜਿਹਦੇ ਵਿੱਚ ਉਹਨਾਂ ਨੇ ਤੁਹਾਡਾ ਨਾਮ ਕੀ ਹੈ? ਜਸਵਿੰਦਰ ਕੌਰ ਨੂੰ ਕੱਟਿਆ ਸੀ। ਕਰੀਬ ਕਰੀਬ 2-3 ਮਹੀਨੇ ਹੋ ਗਏ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ, ਹੈ ਨਾ। ਅਤੇ ਇਹ ਕੱਲ੍ਹ ਹੀ ਛੁੱਟੀ ਲੈ ਕੇ ਇਹਨਾਂ ਦੇ ਕਾਫੀ ਪੈਰ ਦੇ ਵਿੱਚ ਸਰਜਰੀਆਂ ਹੋਈਆਂ 2-3, ਅਤੇ ਬਾਕੀ ਛੋਟੇ ਛੋਟੇ ਬੱਚਿਆਂ ਨੇ ਵੀ ਕੱਟਿਆ ਕਾਫੀ ਜ਼ਿਆਦਾ ਉਹਨਾਂ ਨੇ। ਉਹ ਇੱਕ ਹਲਕਾ ਹੈ ਕੁੱਤਾ ਜਿਹੜਾ ਕਿ ਦਹਿਸ਼ਤ ਦਾ ਮਾਹੌਲ ਬਣਿਆ, ਕੋਈ ਅੰਦਰੋਂ ਬਾਹਰ ਨਹੀਂ ਨਿਕਲ ਰਿਹਾ, ਬੱਚੇ ਨਹੀਂ ਬਾਹਰ ਨਿਕਲ ਰਹੇ, ਕੰਮ ਵਾਲੀਆਂ ਨਹੀਂ ਬਾਹਰ ਨਿਕਲ ਰਹੀਆਂ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।